केंद्र सरकार जिहड़ा चंडीगढ़ के उत्ते जिहड़े रूल बनाउण जा रही हैगी है, इसनूं किस तरह देख रहे हो? की बनाउण जा रही है चंडीगढ़ प्रशासन के रूल जिहड़े हैगे चंडीगढ़ ते लागू करन जा रही है केंद्र सरकार केंद्र वाले? देखो पहला तां यही वड्डा गुनाह है या धक्का है कि चंडीगढ़ राजधानी सी पंजाब दी, जदों स्टेटां बणियां वख-वख बोली दे आधार ते तां हिंदुस्तान दीआं सारीआं स्टेटां जिहड़ी पेरेंट स्टेट सी उहनूं उह कैपीटल दित्ता ते नवीं स्टेट नूं जिहड़ी उहदे च निकल के बणी उहनूं बणा के दित्ता। ਇਹ ਤਾਂ ਸਾਡੇ ਨਾਲ ਧੱਕਾ ਜੇ ਇਹ ਦੂਰ ਨਹੀਂ ਹੋਇਆ। ਫਿਰ ਉਦੋਂ ਜਦੋਂ ਫੈਸਲਾ ਹੋਇਆ ਇਹ ਕਿਹਾ ਸੀ ਇਹ ਇੰਨੇ ਪਰਸੈਂਟ ਮੁਲਾਜ਼ਮ ਇਹਦੇ 'ਚ ਪੰਜਾਬ ਦੇ ਹੋਣਗੇ, ਇੰਨੇ ਹਰਿਆਣੇ ਦੇ ਹੋਣਗੇ, ਲੇਕਿਨ ਸਾਡਾ ਹੁਣ ਇਹ ਧੱਕਾ ਹੋਇਆ ਕਿ ਉਹ ਮੁਲਾਜ਼ਮ ਵੀ ਜਿਹੜੇ ਪੰਜਾਬ ਦੇ ਸਨ ਉਹ ਵਾਪਸ ਕਰਤੇ ਅਤੇ ਆਪਣੇ ਮੁਲਾਜ਼ਮ ਰੱਖ ਲਏ। ਇਹ ਹੁਣ ਮੁਕੰਮਲ ਤੌਰ 'ਤੇ ਕਬਜ਼ਾ ਕਰਨਾ ਚਾਹੁੰਦੇ। ਭਾਖੜਾ ਡੈਮ ਵਾਲੀ ਵੀ ਗੱਲ ਤੁਹਾਨੂੰ ਪਤਾ ਹੈ, ਉੱਥੇ ਵੀ ਆਪਣੇ ਜਿਹੜੇ ਬੰਦੇ ਹੁੰਦੇ ਸਨ ਉਹਨੂੰ ਵੀ ਕੱਢ ਲਿਆ। ਅਕਾਲੀ ਦਲ ਜਿਹੜੇ ਕਿ ਚੰਡੀਗੜ੍ਹ ਲਈ ਸੰਘਰਸ਼ ਕਰਦਾ ਰਿਹਾ ਹੈਗਾ, ਧਰਨੇ ਬਜ਼ਾਰੇ ਕਰਦਾ ਰਿਹਾ, ਕੀ ਸੰਘਰਸ਼ ਇਸ ਤਰ੍ਹਾਂ ਦਾ ਕੋਈ ਅਕਾਲੀ ਦਲ ਕੁਝ ਕਰੂਗਾ? ਇਹ ਸੋਚਾਂਗੇ ਜੀ ਹੁਣ, ਕਿਉਂਕਿ ਇਕੱਲੀ ਆ ਧੱਕੇ ਬਹੁਤ ਜ਼ਿਆਦਾ ਹੋ ਰਹੇ ਨੇ ਇਹਦੇ ਵਾਸਤੇ ਜ਼ਰੂਰ ਪਾਰਟੀ ਸੋਚੀ। ਕੋਲਾ ਸੰਕਟ ਨੂੰ ਲੈ ਕੇ ਜਿਹੜਾ ਹੈਗਾ, ਕੋਲਾ ਸੰਕਟ ਹੈਗਾ, ਬਿਜਲੀ ਦੀ ਕਮੀ ਆ ਰਹੀ ਹੈਗੀ ਆ, ਕੋਲਾ ਸੰਕਟ ਪਾਇਆ ਜਾ ਰਿਹਾ ਹੈਗਾ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਅਕਾਲੀ ਦਲ ਨੇ ਜਿਹੜੇ ਕੋਈ ਬਿਜਲੀ ਸਰਪਲਸ ਕੀਤੀ? ਦੇਖੋ ਅਸੀਂ ਤਾਂ ਆਪਦੇ ਸਮੇਂ ਦੀ ਗੱਲ ਕਰਦੇ ਹਾਂ, 24 ਘੰਟੇ ਬਿਜਲੀ ਦਿੱਤੀ, ਫਰੀ ਟਿਊਬਵੈੱਲਾਂ ਨੂੰ ਬਿਜਲੀ ਦਿੱਤੀ, ਔਰ ਇਸ ਤਰ੍ਹਾਂ ਕਿ ਜਿੰਨੇ ਵੀ ਮਰਜ਼ੀ ਕਿਸੇ ਨੇ ਕਨੈਕਸ਼ਨ ਮੰਗੇ ਉਹ ਦੇ ਤੇ। ਹੁਣ ਇਹ ਸਰਕਾਰ ਜਿਹੜੇ ਆਦੇ ਸੀ ਅਸੀਂ ਐਂ ਕਰ ਦਾਂਗੇ, ਹੁਣ ਇਹਦਾ ਸਮਾਂ ਲੋਕ ਆਪੇ ਵੇਖ ਲੈਣਗੇ। ਮਹਿੰਗੀ ਮਹਿੰਗਾਈ ਦਿਨੋਂ ਦਿਨੋਂ ਵੱਧਦੀ ਜਾ ਰਹੀ ਹੈ, ਡੀਜ਼ਲ ਪੈਟਰੋਲ ਦੇ ਰੇਟ ਰੋਜ਼ ਵੱਧਦੇ ਜਾ ਰਹੇ ਹੈਗੇ ਆ, ਕੀ ਕਿਸ ਤਰ੍ਹਾਂ ਦੇਖਦੇ ਹੋ? ਉਹ ਵੀ ਲੱਗਦਾ ਹੈਗਾ ਵੀ ਕਿਸ ਤਰ੍ਹਾਂ ਬੋਝ ਪਊਗਾ ਡੀਜ਼ਲ ਪੈਟਰੋਲ ਨੇ ਕਰਕੇ ਹਰੇਕ ਉਦਾਰੇ 'ਤੇ? ਉਹਦਾ ਸਾਰੇ ਪਬਲਿਕ 'ਤੇ ਬੋਝ ਪਏਗਾ ਜੀ। ਦੇਖੋ ਕਈ ਵਾਰੀ ਲੋਕ ਝੂਠੇ ਪ੍ਰਚਾਰ 'ਚ ਆ ਕੇ ਝੂਠੇ ਵਾਅਦਿਆਂ 'ਚ ਆ ਕੇ ਉਹ ਸਰਕਾਰ ਬਣਾ ਦਿੰਦੀ ਹੈ ਜਿਹੜੀ ਉਹਨਾਂ ਦੇ ਹੱਕ ਦੀ ਨਹੀਂ ਜਾਂ ਉਹਨਾਂ ਨਾਲ ਪਿਆਰ ਅਤੇ ਸਤਿਕਾਰ ਨਹੀਂ ਰੱਖਦੀ, ਅਤੇ ਉਹਦਾ ਖਮਿਆਜ਼ਾ ਜਿਹੜਾ ਉਹ ਫਿਰ ਲੋਕ ਹੀ ਭੁਗਤਦੇ ਆ ਜੀ। ਹੁਣੇ ਭੁਗਤਣਗੇ ਲੋਕ। ਅੱਗੇ 5 ਸਾਲ ਕਾਂਗਰਸ ਦੀ ਸਰਕਾਰ ਸੀ, ਉਦੋਂ ਵੀ ਅਮਰਿੰਦਰ ਨੇ ਵਾਅਦੇ ਕੀਤੇ ਸਨ, ਹੁਣ ਇਹਨਾਂ ਨੇ ਵਾਅਦੇ ਕੀਤੇ ਹੈ। ਅਸੀਂ ਤਾਂ ਕਦੇ ਨਾ ਝੂਠ ਬੋਲਿਆ, ਨਾ ਝੂਠ ਬੋਲ ਕੇ ਵੋਟ ਲਈ ਹੈ, ਕੰਮ ਕੀਤਾ ਹੈ ਉਹਦੇ ਹਿਸਾਬ ਨਾਲ ਕੀਤਾ ਹੈ। ਪਰ ਨਵੀਆਂ ਨਵੀਆਂ ਗੱਲਾਂ ਝੂਠ ਬੋਲ ਕੇ ਲੋਕ ਸਰਕਾਰ ਬਣਾ ਲੈਂਦੇ ਹੈ, ਜਿਹਦਾ ਨੁਕਸਾਨ ਲੋਕਾਂ